ਚੀਮਾ ਸਾਹਿਬ ਲੇਟ ਨਹੀਂ ਹੋ ਗਏ, ਟਕਸਾਲੀ ਆਗੂ ਪਹਿਲਾਂ ਡਿਮਾਂਡ ਕਰ ਰਹੇ ਸੀ? ਦੇਖੋ ਗੱਲ ਇਹ ਹੈ ਕਿ ਜਦੋਂ ਗੁਰੂ ਨੂੰ ਪਾਉਂਦਾ ਕੰਮ ਉਦੋਂ ਹੀ ਹੁੰਦਾ, ਗੁਰੂ ਨੇ ਜਦੋਂ ਬੁਲਾਉਣਾ ਹੁੰਦਾ ਗੁਰੂ ਬੁਲਾ ਲੈਂਦਾ, ਇਸ ਕਰਕੇ ਉਹਨਾਂ ਦਾ ਕਿਹਾ ਸਿਰ ਮੱਥੇ, ਠੀਕ ਹੈ ਨਾ। ਪਰ ਇਹ ਕਿ ਸਾਰੀ ਪਾਰਟੀ ਦਾ ਫੈਸਲਾ ਸੀ, ਬੜੀ ਧਾਰਮਿਕ ਰੋਹ ਰੀਤਾਂ ਦੇ ਮੁਤਾਬਕ ਸਾਰਿਆਂ ਨੇ ਰਲ ਕੇ ਸੇਵਾ ਕੀਤੀ ਹੈ, ਔਰ ਗੁਰੂ ਅੱਗੇ ਸਾਡੀ ਇਹੀ ਅਰਦਾਸ ਹੈ ਕਿ ਸੇਵਾ ਪ੍ਰਵਾਨ ਕਰ। ਠੀਕ, ਵਿਰੋਧੀ ਕਹਿ ਰਹੇ ਨੇ ਕਿ ਜਿਹੜੇ ਜਥੇਦਾਰ ਨੇ ਉਹਨਾਂ ਵੱਲੋਂ ਕੋਈ ਤਲਬ ਨਹੀਂ ਕੀਤਾ ਗਿਆ ਜਾਂ ਮਤਲਬ ਇਸ ਤਰੀਕੇ ਨਾਲ ਨਹੀਂ ਆਪਣੇ ਆਪ ਇਸ ਤਰੀਕੇ ਨਾਲ ਜਿਹੜਾ ਕੀਤਾ ਗਿਆ? ਨਹੀਂ ਦੇਖੋ, ਇਹ ਅੱਗੇ ਵੀ ਹੁੰਦਾ, ਖਟਪਟ ਤੋਂ ਕੋਈ ਵੀ ਕਰਵਾ ਸਕਦਾ, ਕੋਈ ਸਧਾਰਨ ਵੀ ਕਰਾ ਸਕਦਾ, ਕੋਈ ਜਥੇਬੰਦੀ ਵੀ ਕਰਵਾ ਸਕਦੀ ਹੈ, ਆਪਣੀ ਸੇਵਾ ਵੀ ਇਹ ਘਰ ਸਾਰਿਆਂ ਵਾਸਤੇ ਖੁੱਲ੍ਹਾ, ਸਾਰੇ ਧਰਮਾਂ ਵਾਸਤੇ ਖੁੱਲ੍ਹਾ, ਠੀਕ ਹੈ ਨਾ। ਇਸ ਕਰਕੇ ਇੱਥੇ ਨਾ ਤਾਂ ਕਿਸੇ ਨੂੰ ਕਦੀ ਕਿਸੇ ਨੇ ਆਉਣੋਂ ਰੋਕਿਆ, ਆਪਣੀ ਸ਼ਰਧਾ ਦੇ ਮੁਤਾਬਕ ਕੋਈ ਜਿੰਨੀ ਸੇਵਾ ਕਰੇ, ਕਦੀ ਅੱਜ ਤੱਕ ਨਹੀਂ ਕਿਸੇ ਨੂੰ ਰੋਕਿਆ। ਸੇਵਾ ਵਾਸਤੇ ਤਾਂ ਉਤਸ਼ਾਹਿਤ ਕੀਤਾ ਜਾਂਦਾ, ਕੋਈ ਵੀ ਆਵੇ ਤਾਂ ਵੱਡੇ ਬਜ਼ੁਰਗ ਸਿਆਣੇ ਉਹਨੂੰ ਉਤਸ਼ਾਹਿਤ ਕਰਦੇ ਵੀ ਬਹੁਤ ਚੰਗੀ ਗੱਲ, ਇਸ ਕਰਕੇ ਸੇਵਾ ਤਾਂ ਕਿਉਂ ਕਿੰਤੂ ਪ੍ਰੰਤੂ ਕਰਦੇ। ਜੀਮਾ ਸਾਹਿਬ, ਕਿਹੜੀਆਂ ਗਲਤੀਆਂ ਲੋਕ ਪੁੱਛ ਰਹੇ ਨੇ, ਕਿਹੜੀਆਂ ਗਲਤੀਆਂ ਜਿਹਨਾਂ ਦੀ ਮਾਫ਼ੀ ਮੰਗਦੇ? ਦੇਖੋ, ਗੱਲ ਇਹ ਹੈ ਕਿ ਜਿਉਂ ਸਵੇਰ ਤੋਂ ਉੱਠਦੇ ਹਾਂ ਗਲਤੀਆਂ ਹੁੰਦੀਆਂ, ਬੰਦਾ ਜਿਹੜੀ ਹੈ ਦਿਨ 'ਚ ਪਤਾ ਨਹੀਂ ਕਿੰਨੀਆਂ ਗਲਤੀਆਂ ਕਰ ਦਿੰਦਾ, ਇਸ ਕਰਕੇ ਕੋਈ ਸਪੈਸੀਫਿਕ ਗਲਤੀ ਲੱਭਣ ਦੀ ਲੋੜ ਨਹੀਂ ਹੁੰਦੀ। ਰੋਜ਼ ਹੀ ਆਪਣੀ ਮਰਿਆਦਾ ਕਿ ਸਵੇਰੇ ਉੱਠ ਕੇ ਜਦੋਂ ਆਪਾਂ ਅਰਦਾਸ ਕਰਦੇ ਹਾਂ, ਭੁੱਲ ਚੁੱਕ ਦੀ ਖਿਮਾ ਮੰਗਦੇ ਹਾਂ, ਅਤੇ ਇਸੇ ਕਰਕੇ ਸਾਰੀ ਜਥੇਬੰਦੀ ਨੇ ਜਿਹੜੀ ਵੀ ਕੋਈ ਪਿਛਲੇ ਸਮੇਂ ਦੇ ਵਿੱਚ ਕਮੀ ਰਹੀ ਆ, ਕੋਈ ਵੀ ਗਲਤੀ ਹੋਈ ਆ, ਉਹਦੀ ਖਿਮਾ ਜਾਚਨਾ ਕੀਤੀ। ਇਹੀ ਗੱਲ ਡਿਮਾਂਡ ਜਿਹੜੀ ਕੀਤੀ ਸੀ ਟਕਸਾਲੀ ਆਗੂ ਸੀ ਉਹਨਾਂ ਕੀਤੀ ਸੀ, ਪਰ ਉਦੋਂ ਅਗਨੋਲਿਆ ਗਿਆ ਸੀ ਉਹਨਾਂ ਗੱਲਾਂ ਨੂੰ, ਪਰ ਹੁਣ ਉਹਨਾਂ ਗੱਲਾਂ ਦੇ ਚੱਲਦੇ ਜਿਹੜੀ ਦੁਬਾਰਾ ਜਿਹੜੀ ਸੇਵਾ ਕੀਤੀ ਗਈ ਆ, ਤੁਸੀਂ ਕਿਸੇ ਦਿਨ ਲੇਟ ਨਹੀਂ ਹੋ ਗਿਆ ਜੇ ਉਹ ਪਹਿਲਾਂ ਕਰਦੇ? ਮੈਂ ਪਹਿਲਾਂ ਹੀ ਕਿਹਾ ਨਾ ਕਿ ਜਦੋਂ ਗੁਰੂ ਨੂੰ ਜਿਹੜੀ ਗੱਲ ਗੁਰੂ ਨੂੰ ਜਦੋਂ ਪਾਉਂਦੀ ਆ ਉਦੋਂ ਹੀ ਹੁੰਦੀ ਹੈ, ਇਸ ਕਰਕੇ ਜਦੋਂ ਗੁਰੂ ਦੀ ਬਖਸ਼ਿਸ਼ ਹੋਈ ਤਾਂ ਤੁਹਾਡੇ ਸਾਹਮਣੇ ਹੋ ਗਿਆ, ਇਸ ਕਰਕੇ ਹੁਣ ਤੁਹਾਡਾ ਵੀ ਧੰਨਵਾਦ ਆ। ਕੋਈ ਇਹਨਾਂ ਦਿਨਾਂ ਦੇ ਵਿੱਚ ਗਲਤੀ ਰਹਿ ਗਈ ਹੋਏ ਤੁਹਾਡੇ ਕੋਲੋਂ ਵੀ ਖਿਮਾ ਚਾਹੁੰਦੇ ਹਾਂ, ਤੁਹਾਨੂੰ ਤੰਗ ਕੀਤਾ। ਸੋ ਸਾਨੂੰ ਦਲਜੀਤ ਸਿੰਘ ਚੀਮਾ ਜਿਹਨਾਂ ਦੱਸਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇਸੇ ਤਰ੍ਹਾਂ ਜਿਹੜੀਆਂ ਭੁੱਲਾਂ ਜਿਹੜੀਆਂ ਜਾਣੇ ਜਾਣ ਦੇ ਵਿੱਚ ਹੁੰਦੀਆਂ ਰਹਿੰਦੀਆਂ ਨੇ, ਸਮੇਂ ਸਮੇਂ ਆ ਕੇ ਗੁਰੂ ਦਰ ਤੋਂ ਜਿਹੜੀਆਂ ਨੇ ਉਹ ਪੁਛਾਉਂਦੇ ਰਹਿੰਦੇ ਨੇ, ਅਤੇ ਇੱਕ ਸਿੱਖ ਦਾ ਫਰਜ਼ ਵੀ ਆ। ਕੈਮਰਾਮੈਨ ਜਤਿੰਦਰ ਸਿੰਘ ਨਾਲ ਸੁਰਿੰਦਰਪਾਲ ਸਿੰਘ, ਗੁਰਪਾਲ, ਅੰਮ੍ਰਿਤਸਰ।